ਇਹ ਜਿਹੜਾ ਸੰਗਲ ਪਾ ਕੇ ਆਇਆ ਹੈ ਜਿਹੜੀਆਂ ਬੇੜੀਆਂ ਪਾ ਕੇ ਆਇਆ ਇਹ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਂਦੀਆਂ ਨੇ। ਇਹ ਵੀ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਲ ਰਿਹਾ, ਦਾਸ ਜੁਝਾਰ ਸਿੰਘ 8 ਸਾਲ ਜਗਤਾਰ ਸਿੰਘ ਹਵਾਰਾ ਦੇ ਨਾਲ ਤਿਹਾੜ ਜੇਲ੍ਹ 'ਚ ਨਜ਼ਰਬੰਦ ਰਹੇ ਹਾਂ। ਕੌਮ ਵਾਸਤੇ ਬੰਦੀ ਸਿੰਘ ਜੇਲ੍ਹਾਂ 'ਚ ਗਏ, ਕੌਮ ਨੂੰ ਨਹੀਂ ਪਤਾ ਬੰਦੀ ਸਿੰਘ ਜਿਹੜੇ ਜੇਲ੍ਹਾਂ ਕੱਟ ਰਹੇ ਹਨ ਉਹਨਾਂ ਦੀ ਕੋਈ ਨਿੱਜੀ ਆਪਣੀ ਦੁਸ਼ਮਣੀ ਤਾਂ ਨਹੀਂ ਹੈ। ਜਿਹੜੇ ਜੇਲ੍ਹਾਂ 'ਚ ਗਏ ਨੇ ਬੰਦੀ ਸਿੰਘ, ਇਹ ਕੌਮ ਪਿੱਛੇ ਗਏ ਆ ਅਤੇ ਕੌਮ ਨੂੰ ਕਿਹੜਾ ਭੁੱਲ ਆ, ਕੋਈ ਚੇਤਾ ਨਹੀਂ ਹੈ ਕੌਮ ਨੂੰ। ਕਿਹੜੇ ਮਾਮਲੇ 'ਚ ਸੀਗੇ ਜੀ? ਅਸੀਂ ਵੀ ਟੈਰਰਿਸਟ ਐਕਟੀਵਿਟੀ 'ਚ ਸੀਗੇ ਉਸ ਟਾਈਮ, ਸਿੱਖ ਸੰਘਰਸ਼ ਦੇ ਵਿੱਚ ਮੈਂ ਬੰਦ ਸੀਗਾ ਦਿੱਲੀ ਦੀ ਤਿਹਾੜ ਜੇਲ੍ਹ 'ਚ। ਜਿਹੜਾ ਨਿਸ਼ਾਨ ਸਾਹਿਬ ਹੈ ਇਹਨਾਂ ਨੇ ਸਾਨੂੰ ਰਾਜਪਾਠ ਦਿੱਤਾ, ਨਿਸ਼ਾਨ ਸਾਹਿਬ ਨੇ ਚੱਪੜਚਿੜੀ ਤੋਂ ਲੈ ਕੇ ਦਿੱਲੀ ਤੋਂ ਲੈ ਕੇ ਸਾਰੀਆਂ ਜੰਗਾਂ ਫਤਿਹ ਕੀਤੀਆਂ ਬਾਬਾ ਬੰਦਾ ਸਿੰਘ ਬਹਾਦਰ ਨੇ। ਇੱਕ 700 ਸਾਲ ਪੁਰਾਣਾ ਮੁਗਲ ਰਾਜ ਦੀ ਇੱਟ ਨਾਲ ਇੱਟ ਵਜਾ ਕੇ ਹਿੰਦੁਸਤਾਨ ਨੂੰ ਰਾਜ ਲੈ ਕੇ ਦਿੱਤਾ ਅਤੇ ਅਸੀਂ ਅੱਜ ਲੇਲੜੀਆਂ ਕੱਢਦੇ ਹਾਂ ਵੀ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰੋ। ਅਸੀਂ ਅੱਜ ਇਹਨਾਂ ਦੇ ਸਾਹਮਣੇ ਗੁਲਾਮ ਬੈਠੇ ਹਾਂ ਵੀ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰੋ। ਕਿਉਂ 32 ਸਾਲ ਹੋ ਗਏ ਨੇ ਇਹਨਾਂ ਨੂੰ ਜੇਲ੍ਹਾਂ 'ਚ, ਕਮ ਸੇ ਕਮ ਸ਼ਰਮ ਆਉਣੀ ਚਾਹੀਦੀ ਹੈ ਕਾਲੇ ਅੰਗਰੇਜ਼ਾਂ ਦੀਆਂ ਸਰਕਾਰਾਂ ਨੂੰ। ਮੈਨੂੰ ਤਾਂ ਬਹੁਤ ਫੀਲ ਹੋ ਰਿਹਾ ਕਿ ਸਾਡੇ ਹੀ ਸਿੱਖ ਕੌਮ ਜਿਹੜੀ ਹੈ, ਸਾਡੇ ਹੀ ਜਿਹੜੇ ਬੰਦੀ ਸਿੱਖ ਨੇ ਉਹ ਵੀ ਸਾਡੇ ਵੀਰ ਨੇ। ਜਦੋਂ 84 ਦੇ ਦੰਗੇ ਹੋਏ ਸੀ ਉਦੋਂ ਕਿੰਨੇ ਸਿੱਖ ਸ਼ਹੀਦ ਕੀਤੇ? ਉਹਨਾਂ ਨੂੰ ਜਿਨ੍ਹਾਂ ਨੇ ਸ਼ਹੀਦ ਕੀਤੇ ਸੀ ਉਹਨਾਂ ਨੂੰ ਕਿਉਂ ਨਹੀਂ ਸਜ਼ਾ ਮਿਲੀਆਂ? ਖਾਲੀ ਬੰਦੀ ਸਿੱਖਾਂ ਨੂੰ ਕਿਉਂ ਸਜ਼ਾ ਮਿਲੀਆਂ ਨੇ? ਅੱਜ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿਖ ਰਹੀ ਹੈ ਤੁਹਾਨੂੰ ਇੱਥੇ? ਮੈਨੂੰ ਤਾਂ ਨਹੀਂ ਕੋਈ ਇਹੋ ਜਿਹਾ ਮੈਂਬਰ ਦਿਸ ਰਿਹਾ ਜਿਹੜਾ ਸ਼੍ਰੋਮਣੀ ਕਮੇਟੀ ਤੋਂ ਇੱਥੇ ਆਇਆ ਹੋਵੇ, ਜਾਂ ਸ਼੍ਰੋਮਣੀ ਕਮੇਟੀ ਦਾ ਕੋਈ ਪ੍ਰਧਾਨ ਹੋਵੇ, ਜਾਂ ਸ਼੍ਰੋਮਣੀ ਕਮੇਟੀ ਦਾ ਕੋਈ ਜਥੇਦਾਰ ਹੋਵੇ। ਜਥੇਦਾਰਾਂ ਨੇ ਤਾਂ ਲਿਫਾਫਿਆਂ 'ਚੋਂ ਜਥੇਦਾਰੀਆਂ ਲਈਆਂ, ਉਹਨਾਂ ਨੇ ਕੌਮ ਦੀ ਕੀ ਆਵਾਜ਼ ਚੱਕਣੀ ਹੈ? ਮੈਨੂੰ ਦੱਸੋ, ਜਿਹੜੇ ਸਰਕਾਰ ਦੇ ਉਹ ਜੁੱਤੀ ਚੱਟ ਹਨ ਉਹਨਾਂ ਨੂੰ ਸਰਕਾਰਾਂ ਛੱਡ ਦਿੰਦੀਆਂ ਨੇ। ਕੌਣ ਜੁੱਤੀ ਚੱਟ ਜੀ? ਜਿਵੇਂ ਕਈ ਚਮਚੇ ਨੇ, ਕਈ ਚਮਚੇ ਨੇ ਜੇਲ੍ਹਾਂ 'ਚੋਂ ਜਿਹੜੇ ਬਾਹਰ ਆ ਗਏ ਨੇ, ਪੱਕੇ ਆਪਣੇ ਘਰਾਂ 'ਚ ਰਹਿ ਰਹੇ ਨੇ। ਹੁਣ ਤੁਸੀਂ ਝੂਠੇ ਸਾਧ ਵਾਲੇ ਨੂੰ ਲਾ ਲਓ, ਬਲਤਕਾਰੀ ਨੂੰ, ਉਹਨੂੰ ਪੈਰੋਲ ਮਿਲ ਜਾਂਦੀ ਹੈ। ਇਹਨਾਂ ਕਹਿੰਦੀ ਹੋਈ ਮੈਂ ਸ਼ਮਾ ਦੀ ਜਾਂਚ ਕਰਾਂਗਾ, ਕਿਉਂਕਿ ਮੈਨੂੰ ਬਹੁਤ ਸ਼ਰਮ ਆ ਰਹੀ ਹੈ ਕਿ ਸਾਡੇ ਅੱਜ ਸਿੱਖ ਕੌਮ ਦੇ ਬੰਦੀ ਸਿੱਖ ਜਿਹੜੇ ਨੇ, ਜਿਹੜੇ ਸ਼ੇਰ ਦਿਲ ਨੇ, ਅੱਜ ਉਹ ਵਿਚਾਰੇ ਜੇਲ੍ਹਾਂ ਕੱਟ ਰਹੇ ਨੇ। ਬਾਈ ਬਾਈ 23 ਸਾਲ, ਇਹ ਸਾਡੇ ਦੇਸ਼ ਦਾ ਕਾਨੂੰਨ, ਇਹ ਨੇ ਕਾਨੂੰਨ ਦੇ ਰਖਵਾਲੇ। ਸ਼ਰਮ ਆਉਣੀ ਚਾਹੀਦੀ ਹੋਈ ਹੈ ਜੇ ਸਰਕਾਰਾਂ ਨੂੰ। ਸਤਿ ਸ਼੍ਰੀ ਅਕਾਲ, ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਸਤਨਾਮ ਸਿੰਘ ਹਾਂ। ਇਸ ਸਮੇਂ ਗੁਰਦੁਆਰਾ ਅੰਬ ਸਾਹਿਬ ਵਿਖੇ ਖੜ੍ਹੇ ਹਾਂ, ਜਿੱਥੋਂ ਕਿ ਸਿੱਖ ਜਥੇਬੰਦੀਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ, ਬੇਅਦਬੀ ਇਨਸਾਫ ਲਈ ਅਤੇ ਹੋਰ ਕੁਝ ਮੰਗਾਂ ਦੇ ਲਈ ਇੱਥੋਂ ਚਾਲੇ ਪਾਏ ਜਾਣੇ ਆ। ਅਤੇ ਇਹ ਕਿਹਾ ਜਾ ਰਿਹਾ ਕਿ ਮੁੱਖ ਮੰਤਰੀ ਨਿਵਾਸ ਵੱਲ ਚਾਲੇ ਪਾਏ ਜਾਣਗੇ, ਜਿੱਥੇ ਰੋਕਿਆ ਗਿਆ ਪ੍ਰਸ਼ਾਸਨ ਵੱਲੋਂ ਉੱਥੇ ਫਿਰ ਪੱਕਾ ਮੋਰਚਾ ਲੱਗੂਗਾ। ਬਹੁਤ ਸਾਰੀਆਂ ਸੰਗਤਾਂ ਇਸ ਥਾਂ ਦੇ ਉੱਤੇ ਪਹੁੰਚੀਆਂ, ਸਿੱਖ ਜਥੇਬੰਦੀਆਂ ਪਹੁੰਚੀਆਂ, ਹੱਥਾਂ ਦੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਹੈ। ਦਿਲ ਦੇ ਵਿੱਚ ਜੋਸ਼, ਮੂੰਹ 'ਤੇ ਜੈਕਾਰੇ, ਬੁੱਲਾਂ ਦੇ ਉੱਤੇ ਜੈਕਾਰੇ ਲੱਗ ਰਹੇ ਆ ਅਤੇ ਦਿੱਲੀ ਤੋਂ ਸਿੰਘ ਆਏ ਆ। ਅਤੇ ਖਾਸ ਗੱਲ ਇਹ ਆ ਕਿ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਇਆ ਤਾਂ ਹੱਥਾਂ ਦੇ ਵਿੱਚ ਹੱਥਕੜੀਆਂ, ਬੇੜੀਆਂ ਜਾਂ ਸੰਗਲ ਗਲੇ ਤੱਕ ਪਾਏ ਹੋਏ ਆ। ਗੱਲਬਾਤ ਕਰਦੇ ਹਾਂ ਸਿੰਘ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੰਦੀ ਸਿੰਘਾਂ ਦੀ ਰਿਹਾਈ ਦੇ ਇਨਸਾਫ ਲਈ ਆਏ ਹੋ, ਬੇਅਦਬੀ ਇਨਸਾਫ ਦੇ ਲਈ ਆਏ ਹੋ ਜੀ। ਲੰਮੇ ਸਮੇਂ ਤੋਂ ਸਿੱਖ ਇਨਸਾਫ ਮੰਗ ਰਹੇ ਆ, ਕਹਿ ਰਹੇ ਕਿ ਸਾਡਾ ਹੱਕ ਸਾਨੂੰ ਦੇ ਦਿਓ, ਅੱਜ ਤੱਕ ਵੀ ਨਹੀਂ ਮਿਲਦਾ ਅਤੇ ਤੁਸੀਂ ਅੱਜ ਜਿਹੜੇ ਸੰਗਲ ਪਾ ਕੇ ਗੱਲ 'ਚ ਆਏ ਹੋ, ਇਹ ਇਹਦਾ ਕੀ ਕਾਰਨ? ਇਹ ਜਿਹੜਾ ਸੰਗਲ ਪਾ ਕੇ ਆਇਆ, ਜਿਹੜੀਆਂ ਬੇੜੀਆਂ ਪਾ ਕੇ ਆਏ, ਇਹ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਂਦੀਆਂ ਜੀ। ਇਹ ਗੁਲਾਮੀ ਦਾ ਅਹਿਸਾਸ ਅੱਜ ਤੋਂ ਨਹੀਂ ਹੋ ਰਿਹਾ, ਜਦੋਂ ਗੁਰੂ ਨਾਨਕ ਸਾਹਿਬ ਨੇ ਏਕ ਓਂਕਾਰ ਵਾਹਤਾ ਸੀ ਨਾ, ਉਦੋਂ ਤੋਂ ਲੈ ਕੇ ਅੱਜ ਤੱਕ ਇਹ ਗੁਲਾਮੀ ਦਾ ਅਹਿਸਾਸ ਅਸੀਂ ਆਪਣੇ ਪਿੰਡਿਆਂ 'ਤੇ ਚੱਲ ਰਹੇ। ਹਾਂਜੀ, ਨਹੀਂ ਉਹ ਜਿਹੜੇ ਕਹਿੰਦੇ ਲੋਕ, ਬਹੁਤ ਸਾਰੇ ਇੱਦਾਂ ਕਹਿੰਦੇ ਕਿ ਗੁਲਾਮੀ ਤੁਹਾਨੂੰ ਕਾਹਦੀ ਆ, ਗੁਲਾਮੀ ਤਾਂ ਕਿਸੇ ਤਰ੍ਹਾਂ ਦੀ ਇਸ ਥਾਂ ਦੇ ਉੱਤੇ ਹੈ ਨਹੀਂ, ਪਾਉਣ ਪਾਣੀ ਹੈ, ਖੁੱਲ੍ਹਾ ਖੁੱਲ੍ਹੀ ਸਾਹ ਲੈਣ ਨੂੰ ਤੁਹਾਨੂੰ ਕਿਸੇ ਚੀਜ਼ ਦੀ ਰੋਕ ਟੋਕ ਨਹੀਂ, ਕਿਤੇ ਆਉਣ ਜਾਣ ਦੀ ਰੋਕ ਟੋਕ ਨਹੀਂ। ਜਿਹੜਾ ਦੇਖਦਾ ਉਹ ਕਹਿੰਦਾ ਸਾਨੂੰ ਇੱਥੇ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ। ਗੁਲਾਮੀ ਦਾ ਅਹਿਸਾਸ ਇਸ ਕਰਕੇ ਕਰਾਇਆ ਜਾ ਰਿਹਾ ਕਿਉਂਕਿ ਜਿੰਨੇ ਵੀ ਬੰਦੀ ਸਿੰਘ ਇਸ ਟਾਈਮ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਆ, ਸਾਰੇ ਆਪਣੀਆਂ ਆਪਣੀਆਂ ਸਜ਼ਾਵਾਂ ਕੱਟ ਚੁੱਕੇ ਨੇ, ਡਬਲ ਡਬਲ ਸਜ਼ਾਵਾਂ ਕੱਟ ਚੁੱਕੇ ਨੇ, 14-14 ਸਾਲ ਦੀਆਂ ਦੋ ਸਜ਼ਾਵਾਂ ਕੱਟ ਚੁੱਕੇ ਨੇ, ਫਿਰ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਕਿ ਇਹ ਗੁਲਾਮੀ ਦਾ ਅਹਿਸਾਸ ਨਹੀਂ, ਇਹ ਗੁਲਾਮੀ ਦਾ ਅਹਿਸਾਸ ਆ। ਅਤੇ ਅੱਜ ਅਸੀਂ ਉਸ ਰਿਹਾਈ ਮੋਰਚੇ ਦੇ ਵਿੱਚ ਦਿੱਲੀ ਤੋਂ ਸਿੰਘ ਸ਼ਾਮਿਲ ਹੋਏ ਆ, ਇਹ ਵੀ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਲ ਰਿਹਾ, ਦਾਸ ਜੁਝਾਰ ਸਿੰਘ 8 ਸਾਲ ਜਗਤਾਰ ਸਿੰਘ ਹਵਾਰਾ ਦੇ ਨਾਲ ਤਿਹਾੜ ਜੇਲ੍ਹ 'ਚ ਨਜ਼ਰਬੰਦ ਰਹੇ ਆ। ਸਿੰਘ ਸਾਹਿਬ ਦਾ ਨਾਂ ਕੀ? ਰਮਨਜੀਤ ਸਿੰਘ। ਤੁਸੀਂ ਕਿਹੜੇ ਮਾਮਲੇ 'ਚ ਸੀਗੇ ਜੀ? ਅਸੀਂ ਵੀ ਟੈਰਰਿਸਟ ਐਕਟੀਵਿਟੀ 'ਚ ਸੀਗੇ ਉਸ ਟਾਈਮ, ਸਿੱਖ ਸੰਘਰਸ਼ ਦੇ ਵਿੱਚ ਮੈਂ ਬੰਦ ਸੀਗਾ ਦਿੱਲੀ ਦੀ ਤਿਹਾੜ ਜੇਲ੍ਹ 'ਚ। ਹਾਂਜੀ, ਸਰਕਾਰਾਂ ਤਾਂ ਇਹ ਕਹਿੰਦੀਆਂ ਕਿ ਜੋ
काम की है तुसी भाई असी तो वो सज़ा देनी है जी। जो सज़ा साड़ी बनती है असी वो साडा कानून आ कानून के हिसाब नाल असी छड़ांगे जे बनता होया तुसी अपीलां दलीलां कोर्ट दे विच चलदियां होंदियां इदां थोड़े कि तुसी कहता असी तुहानू छड़ दांगे। राजीव कतल कांड दे विच जिन्हां नू तमिल दे विच सज़ावां होईयां उन्हां नू छड़ सकदे आ 25-25 सालां बाद कि इहनां इह बंदी सिंघां नू क्यों नहीं छड़ सकदे? उन्हां नू किद्दां छड्डिया सी जी? कोई दबाव उन्हां ते वी पिया सी कि आप ही छड़ते सर? उन्हां दी असैम्बली दे विच इक मता पास किया गया जिवें पंजाब असैम्बली आ साडी उन्हां दी असैम्बली च मता पास किया गया भी इन्हां नू हुण रिहा किया जाए उन्हां दी असैम्बली दे उत्ते दबाव पा के उन्हां नू रिहा किया गया। ते फिर साडा जिहड़ा हैगा दबाव क्यों नहीं बन रहा? की समझते हो कि सिख कौम एड्डी ताकतवर कौम है इन्ना वड्डा इतिहास आ जे सिख कौम अपना दबाव क्यों नहीं पा रही? सिख कौम दबाव इस करके नहीं पा रही क्योंकि ये अलग अलग जथेबंदियां च वंडे हुए आ जदों तक एक एक निशान दे थले इकट्ठे नहीं ना हुंदे किसी ते भी दबाव नहीं पा सकते। जिन्हां 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 कौमां ने सिख कौमां ने हिंदू राष्ट्र नूं जां हिंदू नूं राज करन वास्ते पैदा किया गुरु गोबिंद सिंह पातशाह जी ने निशान साहब जिहड़ा दित्ता ये निशान साहब ये प्रतीक है खालसा राज दा प्रतीक है। उस तो बाद तिरंगा आउंदा जिहड़ा तिरंगा कदे इन्हां ने हुण पिछे चप्पड़ चिड़ी ते लाया सी 15 अगस्त नूं उह सानूं गुलामी दा अहसास कराउंदा समझे कि नहीं? जिहड़ा निशान साहब है इन्हां ने सानूं राज पाठ दित्ता निशान साहब ने चप्पड़ चिड़ी तो लै के दिल्ली तो लै के सारियां जंगा फतेह कीतियां बाबा बंदा बहादुर ने एक 700 साल पुराना मुगल राज दी इट नाल इट बजा के हिंदुस्तान नूं राज लैके दित्ता ते असी अज लेलड़ियां कढ़दे आ वी साडी बंदी सिंघां नूं रिहा करो असी अज इहनां दे सामणे गुलाम बैठे आ वी साडे बंदी सिंघां नूं रिहा करो क्यों? बहुत सारे लोग ये कहते हैं कि तिरंगा जिहड़ा हैगा एक नेशन का चिन्ह झंडा है तो जिहड़ा निशान साहब एक एक धर्म का निशान आ इन्हां विच तां कोई आपस दे विच मतभेद है ही नहीं फिर इदां दे क्यों खड़े किए जाते? ये मतभेद सरकारां खड़ियां करदियां जी सरकारां दा फर्ज नहीं बनता किसी किसी धार्मिक मनार दे उत्ते तिरंगा झंडा ला दे सरकारां दा फर्ज तो नहीं बनता ना। जिथे निशान साहब की लोड़ है उत्थे निशान साहब लगेगा जिथे तिरंगे की लोड़ आ तिरंगा एक साडा हिंदुस्तान दा एक इतिहासक निशान है उन्हें हिंदुस्तान दी इमारतों से जिथे मर्जी लाओ उन्हें धार्मिक इमारतों से तो नहीं ना ला सकते तो जो तो धार्मिक इमारतों से तो लाओगे तो फिर इस मतलब असं गुलामी का प्रतीक आ सिख गुलाम आ इस करके मैं इन्हां नूं बेनती करदा निशान साहब की जगह जिहड़ी आ उह निशान साहब के उत्ते रहण दित्ती जावे तो सिख कौम नूं मैं अपील करदा कि वह जिहड़ा निशान गुरु साहब ने सानूं दित्ता उस निशान साहब के थले एकत्र हो के असीं इह मोर्चे लाईए। इहो जिहियां कोई सरकारां नहीं जिन्हां नूं असीं मुदड़े मूँह ना सट्टिया होवे इहो जिहियां कोई सरकारां नहीं जिन्हां नूं असीं झुकाया ना होवे जदों आपां इकट्ठे हो के चलांगे तो चंगीआं चंगीआं सरकारां झुकदीआं। सिंह साहब की लगदा तुहानूं कि सिख कौम जिहड़े अज्ज साडे बच्चे आ जां साडी नौजवानी आ बहुत गिणती उह तां अपने अपने जिहड़े कम्मां दे विच गलतान है कोई सोशल मीडिया दे विच अपना आनंद माण रहे कोई किसे पासे अपना आनंद माण रहे दस नहीं सके असीं कि जिहड़े बंदी सिंघां दी रिहाई दे लई अज्ज संघर्ष किया जा रहा कि उन्हां बारे दसण च नाकाम रहे साडे आगू भी साडे नौजवानी नूं साडे बच्चे नूं पता लगा हुंदा क्योंकि जिहड़ा इकट्ठ है पूरी कौम दा इकट्ठ तां दिख नहीं रहा। देखो दर्द जिहड़ा हुंदा बहुत बिरले बंदियां च हुंदा ये नहीं है कि दर्द सारिया च आ जाए ठीक है कौम के जड़े शहीद होए आ गिणती दे होए आ कौमी संघर्ष च जड़े शहीद होए आ गिणती च होए आ सारे नहीं होए पर सारिया नू जे 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 ये दर्द महसूस हो जाए तो फिर इत्थे कट इन्ना क हो जाए कि सरकारां नू अपने आप दियां भाजड़ा पै जाण। दर्द तो श्रोमणी गुरुद्वारा प्रबंधक कमेटी ने भी किया जी भी सानू भी दर्द आ असीं भी कालियां दस्तारा बन के काले झंडे लैके कालियां पट्टियां दस्तारा ते बन के असीं डीसी दफ्तर घेरे आ असीं दस्तखत मुहिम भी चला रहे हां असीं बंदी सिंघां दे बोर्ड जिहड़े हैगे उह भी गुरु घरां दे बाहर लाए आ भी फिर कौम की जिहड़ी हैगी सिरमौर संस्था हैगी आ उन्होंने भी किया भी सानू दर्द हैगा पर इस थां दे उत्ते हुण इह जिहड़ा श्रोमणी कमेटी नूं दर्द जिहड़ा हुण जागिआ पहला क्यों नहीं जागिआ? ये दर्द इस करके जागिआ क्योंकि बादल परिवार हार के घर बह गया तो श्रोमणी कमेटी उन्हां को एक सरमाया रह गई जिहदे पिछे उह राजनीति करदे आ ठीक है कि नहीं? अज उन्हें दर्द याद आया अगे पिछे क्यों ना आया दर्द याद देर आए दुरुस्त आए फिर दुरुस्त हुण उन्हें मनोगे नहीं भी जागे तो चंगी गल नहीं इस गल नूं असीं मनदे आ देर आए दुरुस्त आए पर किन्नी देर तक आए ये असीं देखना चाहुंदे आ अज इत्थे श्रोमणी गुरुद्वारा प्रबंधक कमेटी दिख रही है तुहानूं इत्थे नहीं मैनूं ते नहीं कोई इहो जिहा मैंबर दिस रिहा जिहड़ा श्रोमणी कमेटी तो इत्थे आया होवे जां श्रोमणी कमेटी का कोई प्रधान होवे जां श्रोमणी कमेटी का कोई जथेदार होवे जथेदारां ने तो लफाफियां चों जथेदारियां लईआं उन्हां ने कौम की आवाज़ चकनी है मैनूं दस्सो
फिर जे कौम इकट्ठी नहीं होंगी फिर इदा छोटे छोटे ग्रुपां दे विच छोटे छोटे मोर्चे लगा के लगता भी इंसाफ मिल सकता है। देखो मोर्चे तो 10 बंदे तुसी ला दो ना, 10 बंदे चढ़दी कला दे वाले ते मोर्चे तां भी फतेह हो जांदे आ। कोई बहुती बहु गिणती की लोड़ नहीं होंगी, सच दे पिछे सच की लोड़ होंदी आ। गुरबाणी च लिखिया सच सुनाए सी सच की बेला, समा दसदा हुंदा जदों मोर्चे लगदे आ ना, चंगे चंगीयां सरकारां झुकदियां मोर्चियां दे अगे। मौसम जिहड़ा हैगा बड़ा ठंडा मौसम है इस समय ते बजुर्ग जिहड़े हैगे बहुत सारे इत्थे ते मोर्चा जो लगता वो बहुत चीज़ों की लोड़ पैंदी है। फिर एक तो मौसम की मार आ, उतो प्रशादा होर प्रबंध बहुत कुछ जिहड़ियां हैगी चीज़ां, ये मौसम जो तुहानू लगता भी कामयाब ये सानू इतिहास इतिहास गुरु साहब ने सानू सिखाया होनी पिछे जे आप पिछले दिन छोटे छोटे बच्चों की साहबजाद की कुरबानी आप नकमस्तक होए हाँ। ठंड के माँ गुजरी ने ठंडे बुरज के अपने छोटे छोटे पोत्या अपनी गल बकड़ी के ना ला के रखिया, ये सानू जाच दसी उन्होंने। ठंड होवे धुप होवे जून होवे जुलाई होवे ते भावें जनवरी का महीना होवे ते सानू ये जाच गुरु साहब ने पहले ही दस दी है, तो कोई नवी गल नहीं गी। सिंह साहब किवें देखते हो तुम अज जो ये पा के आने का निर्णय क्यों किया कि इदा दिखाया जाए? वाहेगुरु जी का खालसा वाहेगुरु जी की फतेह। वाहेगुरु जी का खालसा वाहेगुरु जी की फतेह। खालसा जी ये इस करके पाया कि सरकारां नूं एहसास हो जाए, दुनिया नूं एहसास हो जाए कि सिख कौम गुलाम आ। साडे बंदी सिंह सजा कट्टण दे बाद भी सजावां पूरियां हो चुकियां उन्हां दियां, फिर भी उन्हां नूं रिहा नहीं किया जा रहा है। इस करके खालसा जी संगल पाए हुए नहीं लगता कि सरकारां नूं एहसास कराने तो पहले कौम नूं एहसास कराने की लोड़ थी। थोड़ा एक चक्कर तो पंजाब दा ही लाना चाहिए सी ता कि साडी कौम नूं पता लग जाता भी कोई साडे सिखे भी हैगे जिहड़े जेलां दे विच इस समय बंद आ। देखो खालसा जी कौम वास्ते बंदी सिंह जेलां च गए, कौम नूं नहीं पता बंदी सिंह जिहड़े जेलां कट रहे हन उन्हां दी कोई निजी अपनी दुश्मनी तो नहीं है। जिहड़े जेलां च गए ने बंदी सिंह ये कौम पिछे गए आ ते कौम नूं किहड़ा भुल्ला, कोई चेता नहीं है कौम नूं, बस कौम सुती पई है। कौम नूं आप घरों निकलना चाहिए, अपने बंदी सिंघां दी रिहाई वास्ते संघर्ष शामिल होना चाहिए ते कौम वास्ते बंदी सिंघ जेलां कट रहे हन ते जिहड़े सरकार दे ओ जुत्ती चट हन उन्हां नूं सरकारां छड्ड दिंदियां ने। कौन जुत्ती चट जी? जिवें कई चमचे ने जेलां चों जिहड़े बाहर आ गए ने पक्के अपने घरां च रह रहे ने, हुण तुसीं झूठे साध वाले नूं ला लो बलात्कारी नूं, उहनूं परोल मिल जांदी है, उह आए दिन अपने परोल ते आंदा है ते साडे सिंघां नूं की गल परोल नहीं दे सकदे उन्हां नूं नहीं दित्ती जांदी। फिर तुसीं की समझदे हो? ये तो साडे नाल धक्का हो रहा ना जी, धक्का हो रहा साडे नाल जबरदस्ती। धक्का सिख क्यों कहिंदे वी साडे नाल धक्का हो रहा, सिखां नाल ही धक्का क्यों हुंदा? सरकारां दे चमचे ने ओह की करदे ने कहिंदे घर दा पेंती लंका टाए, कुछ साडे साडी ही कौम जिहड़ी सरकारां ने खरीदी हुई है ਉਹ ਆਣ ਕੇ ਬੰਦੀ ਸਿੰਘਾਂ ਦੀ ਛੁਡਾਈ ਇਸ ਕਰਕੇ ਨਹੀਂ ਹੋ ਰਹੀ, ਰਿਹਾਈ ਨਹੀਂ ਇਸ ਕਰਕੇ ਨਹੀਂ ਹੋ ਰਹੀ ਕਿਉਂਕਿ 20-20 32-32 ਸਾਲ ਮੈਨੂੰ ਦੱਸੋ ਕਿਹੜਾ ਕਾਨੂੰਨ ਹੈ ਜਿਹੜਾ ਇਹਨਾਂ ਨੂੰ ਜੇਲ੍ਹਾਂ 'ਚ ਰੱਖਿਆ ਉਹਨਾਂ ਨੇ। ਮੈਨੂੰ ਤਾਂ ਬਹੁਤ ਉਹ ਆ ਰਿਹਾ ਕਿ ਸਾਡੇ ਇੱਕ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਸਾਰਾ ਸਰਵੰਸ਼ ਵਾਰਿਆ ਇਹ ਤਾਂ ਉਹਨਾਂ ਦੇ ਹੀ ਬੱਚੇ ਨੇ, ਕਿਉਂ ਨਹੀਂ ਇਹਨਾਂ ਨੂੰ ਰਿਹਾ ਕਰ ਰਹੇ? ਇਹਦਾ ਮਤਲਬ ਸਰਕਾਰਾਂ ਖੁਦ ਹੀ ਚਾਹੁੰਦੀਆਂ ਨੇ ਕਿ ਇਹ ਸ਼ੇਰ ਕਦੀ ਬਾਹਰ ਨਾ ਆਉਣ। ਨਹੀਂ ਸਰਕਾਰਾਂ ਤਾਂ ਕਹਿੰਦੇ ਵੀ ਸਿੱਖਾਂ ਨਾਲ ਸਾਨੂੰ ਪਿਆਰੇ ਬਹੁਤ ਆ, ਮੋਦੀ ਸਾਹਿਬ ਉੱਥੇ ਪੁਰਬ ਮਨਾਉਂਦੇ ਆ ਵੱਡੇ ਵੱਡੇ, ਹੁਣ ਦੇਖੋ ਤੁਸੀਂ ਪਿੱਛੇ ਪੁਰਬ ਮਨਾਇਆ ਗਿਆ ਬੱਚਿਆਂ ਨੂੰ ਬੁਲਾ ਕੇ ਆਪ ਮੋਦੀ ਸਾਹਿਬ ਉੱਥੇ ਪ੍ਰਧਾਨ ਮੰਤਰੀ ਨਤਮਸਤਕ ਹੁੰਦੇ ਆ। ਪੂਰਾ ਮਨਾਇਆ ਗਿਆ ਮਗਰ ਸਰ ਬੰਦੀ ਸਿੱਖਾਂ ਦੀ ਰਿਹਾਈ ਕਿਉਂ ਨਹੀਂ ਕੀਤੀ? ਜੇ ਪੂਰਾ ਮਨਾ ਰਹੇ ਹੋ ਤਾਂ ਕੀ ਇਹ ਗੁਰੂ ਦੇ ਸਿੱਖ ਨਹੀਂ ਹੈ? ਕਿਉਂ ਨਹੀਂ ਕੀਤੀ ਰਿਹਾਈ? 32-32 ਸਾਲ ਹੋ ਗਏ ਨੇ ਇਹਨਾਂ ਨੂੰ ਜੇਲ੍ਹਾਂ 'ਚ, ਕਮ ਸੇ ਕਮ ਸ਼ਰਮ ਆਉਣੀ ਚਾਹੀਦੀ ਹੈ ਕਾਲੇ ਅੰਗਰੇਜ਼ਾਂ ਦੀਆਂ ਸਰਕਾਰਾਂ ਨੂੰ। ਮੈਨੂੰ ਤਾਂ ਬਹੁਤ ਫੀਲ ਹੋ ਰਿਹਾ ਕਿ ਸਾਡੇ ਹੀ ਸਿੱਖ ਕੌਮ ਜਿਹੜੀ ਹੈ ਸਾਡੇ ਹੀ ਜਿਹੜੇ ਬੰਦੀ ਸਿੱਖ ਨੇ ਉਹ ਵੀ ਸਾਡੇ ਵੀਰ ਨੇ। ਜਦੋਂ 84 ਦੇ ਦੰਗੇ ਹੋਏ ਸੀ ਉਦੋਂ ਕਿੰਨੇ ਸਿੱਖ ਸ਼ਹੀਦ ਕੀਤੇ? ਉਹਨਾਂ ਨੂੰ ਜਿਨ੍ਹਾਂ ਨੇ ਸ਼ਹੀਦ ਕੀਤੇ ਸੀ ਉਹਨਾਂ ਨੂੰ ਕਿਉਂ ਨਹੀਂ ਸਜ਼ਾ ਮਿਲੀਆਂ? ਖਾਲੀ ਬੰਦੀ ਸਿੱਖਾਂ ਨੂੰ ਕਿਉਂ ਸਜ਼ਾ ਮਿਲੀਆਂ ਨੇ? ਇਹਨਾਂ ਕਹਿੰਦੀ ਹੋਈ ਮੈਂ ਸ਼ਮਾ ਦੀ ਜਾਚਾਂਗਾ ਕਿਉਂਕਿ ਮੈਨੂੰ ਬਹੁਤ ਸ਼ਰਮ ਆ ਰਹੀ ਹੈ ਕਿ ਸਾਡੇ ਅੱਜ ਸਿੱਖ ਕੌਮ ਦੇ ਬੰਦੀ ਸਿੱਖ ਜਿਹੜੇ ਨੇ ਜਿਹੜੇ ਸ਼ੇਰ ਦਿਲ ਨੇ ਅੱਜ ਉਹ ਵਿਚਾਰੇ ਜੇਲ੍ਹਾਂ ਕੱਟ ਰਹੇ ਨੇ ਬਾਈ ਬਾਈ 23-23 ਸਾਲ। ਇਹ ਸਾਡੇ ਦੇਸ਼ ਦਾ ਕਾਨੂੰਨ, ਇਹ ਨੇ ਕਾਨੂੰਨ ਦੇ ਰਖਵਾਲੇ। ਸ਼ਰਮ ਆਉਣੀ ਚਾਹੀਦੀ ਹੋਈ ਹੈ ਜੋ ਸਰਕਾਰਾਂ ਨੂੰ ਕਿ ਕਿੰਨੀ ਕੁਰਬਾਨੀਆਂ ਕੀਤੀਆਂ ਨੇ, ਕਿਸ ਤਰ੍ਹਾਂ ਸਾਡੇ ਜਿਹੜੇ ਸਿੱਖ ਵੀਰ ਸੀ ਕਿਸ ਤਰ੍ਹਾਂ ਟਾਇਰ ਪਾਏ, ਉਹਨਾਂ ਨੂੰ ਜਲਦੇ ਜਲਦੇ ਅੱਗਾਂ 'ਚ ਚੁੱਕ ਗਿਆ, ਧੀਆਂ ਭੈਣਾਂ ਦੀ ਜਿੱਦਾਂ ਲੁੱਟੀਆਂ। ਇਹ ਰਖਵਾਲੀ ਕਰਨ ਵਾਲਿਆਂ ਦਾ ਸ਼ਰੇ ਕਿ ਉਹਨਾਂ ਨੂੰ 22-22 ਸਾਲ ਹੋ ਗਏ ਨੇ ਜੇਲ੍ਹਾਂ 'ਚ ਫਿਰਦੇ ਹੋਏ। ਤੁਸੀਂ ਕਿੱਥੋਂ ਆਏ ਹੋ ਜੀ? ਮੈਂ ਲੁਧਿਆਣੇ ਤੋਂ ਆਈ ਹਾਂ ਜੀ, ਮੈਂ ਫਰੀਡਮ ਫਾਈਟਰ ਦੀ ਕੁੜੀ ਹਾਂ। ਸੋ ਬਿਲਕੁਲ ਬਹੁਤ ਸਾਰੇ ਲੋਕ ਪਹੁੰਚੇ ਹੈ ਸਰੋਹ ਦੇ ਵਜੋਂ ਕਿ ਲੰਮੀਆਂ ਸਜ਼ਾਵਾਂ
कट्टण दे बावजूद भी रिहाई नहीं दित्ती गई बंदी सिंघां नूं। इस दे चलदियां उस रोस दे चलदियां हत्थां दे विच जिथे बैनर लेके आए तां गले दे विच संगल पा के भी इस गल दा प्रगटावा किया जा रहा है कि वह गुलामी जिहड़ी लंबे समय तो उन्हां नूं बंद किया होया जेलां दे विच उस नूं हुण तोड़िया जाए, इन्हां संगलां नूं तोड़िया जाए जिस दे लई संघर्ष विटिया गया। तो इत्थों हुण कूच किया जाएगा मुख्यमंत्री निवास दे वल, तो उस तों बाद किस तरह की ये मंगां मन्नियां जांदियां, कदों मन्नियां जांदियां, तो इस मोर्चे का अंत विच फायदा की हुंदा, ते की इंसाफ मिलेगा जां नहीं मिलेगा, जां फिर लंबे समय तो जिद्दां सिख कहिंदे आ रहे हैं कि सानू कदे इंसाफ नहीं मिलिया, फिर उही शब्द सिखां दे मूंह दे उत्ते होणगे। सतनाम सिंह, पंजाबी लोक चैनल, अमृतसर मोहाली।